सो हेलो फ्रेंड्स, वेलकम बैक टू माय यूट्यूब चैनल। टुडे वी आर डूइंग क्लास 10th एक्सरसाइज 1.1 क्वेश्चन नंबर 4। इन प्रीवियस वीडियोस वी हैव डिस्कस्ड क्वेश्चन नंबर 1, 2 एंड 3। इन दिस वीडियो वी डिस्कस क्वेश्चन नंबर 4। इफ यू आर न्यू इन माय चैनल प्लीज सब्सक्राइब माय चैनल। सो इन दिस क्वेश्चन व्हाट इज दिस, वी सॉल्व दिस क्वेश्चन इन वेरी इजी मेथड एंड इन इजी वे टू लर्न अंडरस्टैंड दिस चैप्टर। And so start the video. In this question, use Euclid's division lemma to show that the square of any positive integer is either of the form 3m or 3m plus 1 for some integers m. A question किया अपना ना Euclid division lemma लाके show करना भी कोई भी पॉजिटिव इंटीजर आ जिहड़ा वो जां तां 3m दी फॉर्म च होवे जां 3m प्लस 1 दी फॉर्म च होवे, जिथे इंटीजर आ जिहड़ा वो m होवे। हुण जिहड़ा लैम्मा मीनस आ, पहला आपां फस्ट क्वेश्चन कीता सी एल्गोरिथम, मतलब लैम्मा भी उहनूं ही कहा जांदा गा, इहदे च कोई डिफरेंट नहीं गा। मतलब उत्थे लैम्मा भी लिखा हो सकदा एल्गोरिथम, जे हुण कई बार फस्ट क्वेश्चन आ जाए भी पेपर च जां टेस्ट च वी यूज इक्विलेट्स डिवीजन लैम्मा टू फाइंड द एचसीएफ ऑफ, ਤਾਂ ਜੇ ਉੱਥੇ ਲਿਖਿਆ ਹੋਵੇ ਲੈਮਾ ਤਾਂ ਵੀ ਉਹੀ ਮੈਥਡ ਨਾਲ ਸੋਲਵ ਕਰੀਦਾ। ਐਲਗੋਰਥਮ ਅਤੇ ਲੈਮਾ ਦਾ ਮਤਲਬ ਸੇਮ ਹੀ ਹੁੰਦਾ ਗਾ। ਹੁਣ ਅੱਗੇ ਦੇਖੋ, ਇਹ ਹਿੰਟ ਦਿੱਤਾ ਹੋਇਆ, ਹਿੰਟ ਇਹਨਾਂ ਨੇ ਵੈਸੇ ਦੱਸਿਆ ਵੀ ਕਿਉਂਕਿ ਫਸਟ ਟਾਈਮ ਆਪਾਂ ਨੂੰ ਇਹੋ ਜਿਹਾ ਕੁਸ਼ਚਨ ਆਇਆ ਵੀ ਸੋਲਵ ਕਰਨ ਨੂੰ, ਤਾਂ ਅੱਗੇ ਦੇਖੋ ਆਪਾਂ ਸੋਲਵ ਕਰਦੇ ਹਾਂ। ਹੁਣ ਇਹ ਕੁਸ਼ਚਨ ਦੇ ਵਿੱਚ ਦੇਖੋ, ਸਟਾਰਟ ਕਰਦੇ ਹਾਂ ਆਪਾਂ, ਤੁਹਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਬਿਕੋਜ਼ ਆਈ ਐਮ ਲੈਫਟ ਹੈਂਡਡ। ਸੋ ਦੇਖੋ, ਲੈਟ ਏ ਬੀ ਐਨੀ ਪੋਜ਼ਿਟਿਵ ਇੰਟੀਜ਼ਰ। ਹੁਣ ਏ ਨੂੰ ਆਪਾਂ ਇੱਥੇ ਕੋਈ ਪੋਜ਼ਿਟਿਵ ਇੱਕ ਇੰਟੀਜ਼ਰ ਮੰਨ ਲਿਆ, ਪੋਜ਼ਿਟਿਵ ਇੰਟੀਜ਼ਰ। ਹੁਣ ਅੱਗੇ ਦੇਖੋ, ਹੁਣ ਬਾਏ ਈ ਡੀ ਏ, ਈ ਡੀ ਏ। ਹੁਣ ਆਪਾਂ ਇੱਥੇ ਲੈਮਾ ਦਿੱਤਾ ਵੀ ਸੀ ਕੁਸ਼ਚਨ 'ਚ ਯੂਕਲਿਡਸ ਡਿਵੀਜ਼ਨ ਲੈਮਾ, ਪਰ ਆਪਾਂ ਉੱਥੇ ਈ ਡੀ ਐੱਲ ਨਹੀਂ ਲਿਖਾਂਗੇ, ਈ ਡੀ ਏ ਲਿਖਾਂਗੇ, ਕਿਉਂਕਿ ਐੱਲ ਅਤੇ ਏ ਦਾ ਮਤਲਬ ਸੇਮ ਹੀ ਆ, ਠੀਕ ਹੈ ਨਾ। ਹੁਣ ਅੱਗੇ ਦੇਖੋ, ਆਪਾਂ ਪੜ੍ਹਿਆ ਸੀ ਏ ਇਜ਼ ਇਕੁਅਲਸ ਟੂ ਬੀ ਕਿਊ ਪਲੱਸ ਆਰ। ਹੁਣ ਏ ਕੀ ਸੀ ਆਪਣੇ ਕੋਲ? ਡਿਵੀਡੈਂਟ, ਡਿਵੀਜ਼ਰ, ਕੁਸ਼ਚਨ ਪਲੱਸ ਰਿਮੈਂਡਰ ਸੀ ਨਾ। ਹੁਣ ਅੱਗੇ ਦੇਖੋ, ਜਿਹੜਾ ਰਿਮੇ ਇੱਥੇ ਉਹ ਮਤਲਬ ਜਿਹੜਾ ਆਹ ਹੋਊਗਾ ਬੀ, ਹੈ ਨਾ, ਇਹ ਤਾਂ ਲਾਸਟ ਦੇ ਆਊ, ਬੀ ਹਮੇਸ਼ਾ ਛੋਟਾ ਹੋਊਗਾ ਰਿਮੈਂਡਰ ਤੋਂ ਅਤੇ ਰਿਮੈਂਡਰ ਹਮੇਸ਼ਾ ਡਿਵੀਡੈਂਟ ਕੁਸ਼ਚਨ ਤੋਂ, ਠੀਕ ਹੈ ਨਾ। ਹੁਣ ਅੱਗੇ ਦੇਖੋ, ਲੈਟ ਬੀ ਇਜ਼ ਇਕੁਅਲਸ ਟੂ ਥ੍ਰੀ। ਬੀ ਨੂੰ ਆਪਾਂ ਥ੍ਰੀ ਮੰਨ ਲਿਆ ਕਿਉਂਕਿ ਉੱਥੇ ਕੁਸ਼ਚਨ 'ਚ ਆਪਾਂ ਨੂੰ ਦਿੱਤਾ ਹੋਇਆ ਸੀਗਾ ਥ੍ਰੀ ਫੋਰਮ ਵਿੱਚ, ਤਾਂ ਬੀ ਨੂੰ ਆਪਾਂ ਥ੍ਰੀ ਮੰਨ ਲਿਆ, ਠੀਕ ਹੈ ਨਾ। ਹੁਣ ਅੱਗੇ ਇਹ ਅੱਗੇ ਦੇਖਾਂਗੇ, ਰਿਮੈਂਡਰ ਆ ਜਿਹੜਾ ਰਿਮੈਂਡਰ ਹੈਗੇ ਉਹ ਆਪਣੇ ਕੋਲ, ਆਪਾਂ ਉਹਨਾਂ ਨੂੰ ਮੰਨ ਲਾਂਗੇ 0, 1, 2, ਕਿਉਂਕਿ 3 ਤਾਂ ਮੰਨ ਨਹੀਂ ਸਕਦੇ ਕਿਉਂਕਿ ਆਪਾਂ ਬੀ ਨੂੰ ਮੰਨ ਲਿਆ, ਉਦੋਂ ਵੱਧ ਵੀ ਨਹੀਂ ਮੰਨ ਸਕਦੇ ਕਿਉਂਕਿ 3 ਆਪਾਂ ਨੂੰ ਆਪਣੇ ਕੋਲ ਬੀ ਆ। ਹੁਣ ਅੱਗੇ ਕੀ ਲਵਾਂਗੇ? ਹੁਣ ਪੋਜ਼ਿਟਿਵ ਰਿਮੈਂਡਰਸ ਆਰ 0, 1, 2, ਪੋਜ਼ਿਟਿਵ ਰਿਮੈਂਡਰਸ ਆਪਣੇ ਕੋਲ ਹੋ ਗਏ 0, 1, 2, ਠੀਕ ਹੈ ਨਾ। ਹੁਣ ਇਹ ਕੁਸ਼ਚਨ 'ਚ ਆ ਗਏ ਸੀ, ਇੱਥੇ ਆਪਾਂ ਸੋਲਵ ਕੀਤੇ ਸੀ ਵੀ ਰਿਮੈਂਡਰ ਖੜੇ ਹੋ ਗਏ। ਹੁਣ ਦੇਖੋ ਇਹਨੂੰ ਆਪਾਂ ਕਿਵੇਂ ਲਿਖਾਂਗੇ? ਏ ਇਜ਼ ਇਕੁਅਲਸ ਟੂ 3q ਪਲੱਸ ਆਰ। 3q ਸੀ, ਬੀ ਦੀ ਵੈਲਿਊ ਭਰਤੀ ਸੀ ਆਪਾਂ, ਫਿਲ ਕਰਤੀ ਸੀ 3, ਤਾਂ ਉਵੇਂ ਹੁਣ ਆਹ ਲਾਈਨ ਲਿਖ ਸਕਦੇ ਆਪਾਂ 0 > r > 3। ਹੁਣ 3 ਸੀ ਆਪਣੇ ਕੋਲ ਆ ਇੱਥੇ ਬੀ, ਬੀ ਆ ਜਿਹੜਾ ਹਮੇਸ਼ਾ ਛੋਟਾ ਹੋਊਗਾ ਆਰ ਤੋਂ, ਮਤਲਬ ਬਿਗੈਸਟ ਹੋਊ। ਸੋ ਅੱਗੇ ਦੇਖੋ, ਨੰਬਰਸ ਆਰ ਏ ਇਜ਼ ਇਕੁਅਲਸ ਟੂ 3q + 0, 3q + 1 + 3q + 2। ਹੁਣ ਇਹਨੂੰ ਫੋਰਮ 'ਚ ਲਿਖ ਲਿਆ, ਹੁਣ 3q + 0 ਸੀ। ਹੁਣ ਆਪਾਂ ਇੱਥੇ ਪਹਿਲਾਂ ਲਵਾਂਗੇ ਕੇਸ 1 ਦੇ ਵਿੱਚ ਦੇਖਦੇ ਹਾਂ ਆਪਾਂ ਨਾ ਇਹਨੂੰ, ਮਤਲਬ 3m ਦੀ ਫੋਰਮ 'ਚ ਜਾਂ ਫਿਰ 3m + 1 ਦੀ ਫੋਰਮ 'ਚ ਸੋਲਵ ਕਰਨਾ ਗਾ। ਹੁਣ ਅੱਗੇ ਦੇਖੋ, ਕੇਸ 1 ਦੇ ਵਿੱਚ ਆਪਾਂ ਲੈਟ ਏ ਇਜ਼ ਇਕੁਅਲਸ ਟੂ, ਏ ਨੂੰ ਆਪਾਂ ਮੰਨ ਲੈਂਦੇ ਹਾਂ 1, ਮਤਲਬ 3q + 0। ਹੁਣ ਇੱਥੇ 0 ਫਿਲ ਕਰਾਂਗੇ, ਇੱਥੇ ਹੁਣ ਕੁਸ਼ਚਨ 'ਚ ਵੀ ਦਿੱਤਾ ਵੀ ਉਹਨਾਂ ਨੇ ਵੀ ਸਕੇਅਰ ਕਰਨਾ ਗਾ ਦੋਨੇ ਸਾਈਡਸ 'ਤੇ। ਹੁਣ ਲਿਖ ਲਾਂਗੇ ਸਕੇਅਰਿੰਗ ਔਨ ਬੋਥ ਸਾਈਡਸ। ਹੁਣ ਦੋਨੇ ਏ ਸਕੇਅਰ ਆ ਇੱਧਰ ਇੱਕ ਸਾਈਡ 'ਤੇ ਰੱਖਾਂਗੇ, ਤਾਂ ਦੂਸਰੀ ਸਾਈਡ 3 ਦਾ ਸਕੇਅਰ ਰੱਖਾਂਗੇ।